ਵਿੱਚ ਤੂੰ ਬਾਰ ਬਾਰ ਦਾ ਵਿੱਚ ਆ ਰਿਹਾ ਹੈ। ਕਦੋਂ ਹੋਈ ਹੈ ਜੀ ਇਹ? ਤਕਰੀਬਨ ਜੀ 3:30 ਵਜੇ ਸਾਡੇ ਭਰਾ ਨੂੰ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਅਤੇ ਤੁਸੀਂ ਇੱਥੇ ਆਓ। PCR ਵਾਲਿਆਂ ਦਾ ਫੋਨ ਆਇਆ ਸੀਗਾ ਅਤੇ ਅਸੀਂ ਤੁਰੰਤ ਉੱਥੋਂ ਭੱਜੇ ਅਤੇ ਆ ਕੇ ਦੇਖਿਆ ਪੂਰੀ ਦੁਕਾਨ ਦੇ ਅੰਦਰ ਮਤਲਬ ਕਿ ਕੋਈ ਸਮਾਨ ਨਹੀਂ ਸੀ, ਕੋਈ ਬੈਂਟਰੀ ਨਹੀਂ ਸੀਗੀ, ਜਿੰਨੇ ਸੀਗੇ ਡੱਬੇ ਸਾਰੇ ਖਾਲੀ ਬੈਠੇ, ਇਹਨਾਂ ਨੇ ਬੈਂਟਰੀਆਂ ਕੱਢ ਕੇ ਚਲੇ ਗਏ ਅਤੇ ਪਿੱਛੇ ਸਕਰੈਪ ਪਈ ਸੀ ਜਿਹੜੇ ਕਿ ਨਵਾਂ ਬੈਂਟਰਾ ਜਿਹੜਾ ਲੈਣ ਲਈ ਆਉਂਦਾ ਹੈਗਾ ਪੁਰਾਣਾ ਬੈਂਟਰਾ ਉਹਦੇ ਦੇ ਜਾਂਦਾ ਹੈਗਾ, ਪਿੱਛੇ ਇਕੱਠੀ ਹੋਈ ਜਾਂਦੀ ਹੁੰਦੀ ਹੈ। ਕੁਛ ਲੋਕਾਂ ਦੇ ਚਾਰਜਿੰਗ ਵਾਸਤੇ ਬੈਂਟਰੇ ਪਏ ਸੀਗੇ, ਉਹ ਵੀ ਲੋਕਾਂ ਦੇ ਜਿੰਨੇ ਬੈਂਟਰ ਸੀਗੇ ਸਾਰੇ ਮਤਲਬ ਪੁਰਾਣੇ ਵੀ ਲੈ ਗਏ ਅਤੇ ਨਵਾਂ ਜਿਹੜਾ ਮਾਲ ਆਇਆ ਸੀਗਾ ਕੱਲ੍ਹ ਉਹ ਵੀ ਸਾਰਾ ਮਤਲਬ ਕਿ ਇਹਨਾਂ ਨੇ ਖਾਲੀ ਕਰ ਦਿੱਤਾ। ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਤਕਰੀਬਨ 2.5 ਤੋਂ 3 ਲੱਖ ਰੁਪਏ ਦਾ ਮਾਲ ਸੀਗਾ ਜੀ, ਜਿਹਦੇ 'ਚ ਕੁਛ ਕੱਲ੍ਹ ਵੀ ਆਇਆ ਸੀਗਾ, ਕੁਛ ਲੋਕਾਂ ਦਾ ਵੀ ਸੀਗਾ, ਕੁਛ ਆਪਣਾ ਜਿਵੇਂ ਪਹਿਲਾਂ ਵਾਲਾ ਪਿਆ ਸੀਗਾ ਸਾਰਾ ਖਾਲੀ ਕਰ ਦਿੱਤਾ, ਕੋਈ ਸਮਾਨ ਵਾਲੀ ਛੱਡਿਆ ਨਹੀਂ। ਤੁਹਾਨੂੰ ਮਤਲਬ ਵੈਸੇ ਰਾਤ ਚੋਰੀ ਹੋਈ ਰਾਤ? ਇਹ ਸਾਨੂੰ ਤਾਂ ਜੀ ਦੇਖੋ ਸਵੇਰੇ 3:33 'ਤੇ ਫੋਨ ਆਇਆ ਹੈਗਾ PCR ਵਾਲਿਆਂ ਦਾ ਵੀ ਤੁਸੀਂ ਤੁਹਾਡੀ ਬਾਹਰ ਉਹਨਾਂ ਨੇ ਬੋਰਡ ਤੋਂ ਨੰਬਰ ਪੜ੍ਹ ਕੇ ਫੋਨ ਕਰਿਆ ਵੀ ਤੁਹਾਡੀ ਦੁਕਾਨ ਦਾ ਸ਼ਟਰ ਜਿਹੜਾ ਟੁੱਟਿਆ ਹੋਇਆ ਆ ਕੇ ਦੇਖੋ। ਜਦ ਉਹਨਾਂ ਦੇ ਖੜੇ 'ਤੇ ਅਸੀਂ ਪਹੁੰਚੇ ਤਾਂ ਆ ਕੇ ਦੇਖਿਆ ਤਾਂ ਸਾਡੀ ਦੁਕਾਨ 'ਚ ਕੋਈ ਸਮਾਨ ਨਹੀਂ ਸੀਗਾ, ਕੋਈ ਬੈਂਟਰਾ ਨਹੀਂ ਬਚਿਆ, ਸਾਰਾ ਲੈ ਕੇ ਖਾਲੀ ਗਿਆ। ਕਿਸੇ ਦੇ ਕੋਈ ਸ਼ੱਕ ਸ਼ੁੱਕ ਤਾਂ ਪਤਾ ਨਹੀਂ ਜੀ, ਇਹ ਤਾਂ ਹੁਣ ਪੁਲਿਸ ਨੇ ਹੀ ਕਰਨਾ ਹੈਗਾ ਵੀ ਕਿੱਥੇ ਕਿਵੇਂ ਹੋਇਆ, ਕਿੱਥੇ ਕੀ ਹੋਇਆ, ਕਿਹੜੇ ਬੰਦੇ ਹੋਣਗੇ, ਉਹ ਤਾਂ ਹੁਣ ਪੁਲਿਸ ਆ ਕੇ ਦੇਖੂਗੀ। ਵੀ ਸਾਨੂੰ ਹਾਲੇ ਤੱਕ ਤਾਂ ਦੇਖੋ ਕਿਸੇ 'ਤੇ ਤੁਸੀਂ ਗੱਲ 'ਤੇ ਸ਼ੱਕ ਨਹੀਂ ਹੈਗਾ, ਅਸੀਂ ਤਾਂ ਜਿਵੇਂ ਰੋਜ਼ਾਨਾ ਦੀ ਤਰ੍ਹਾਂ ਕੱਲ੍ਹ ਵੀ ਦੁਕਾਨ ਬੰਦ ਕਰਕੇ ਉਸੇ ਟਾਈਮ 'ਤੇ ਗਏ ਘਰੇ ਅਤੇ ਸਵੇਰੇ ਜਦੋਂ ਫੋਨ ਆਇਆ ਤਾਂ ਸਾਨੂੰ ਇਤਲਾਹ ਹੋ। ਕੋਈ ਮੁਲਾਜ਼ਮ ਕੋਈ ਪਹੁੰਚਾ, ਕੋਈ ਨੁਮਾਇੰਦਾ, ਕੋਈ ਨਹੀਂ ਪਹੁੰਚਿਆ ਕਟਵਾਲੀ 'ਚ ਗਏ ਹੋਏ ਨੇ ਜੀ, ਬ੍ਰਦਰ ਹੋਣੀ ਕਟਵਾਲੀ ਫੋਨ ਖਾਣ ਗਏ। ਹਾਂਜੀ ਹਾਂਜੀ, ਹਾਲੇ ਤੱਕ ਕੋਈ ਪੁਲਿਸ ਦਾ ਬੰਦਾ ਹਾਲੇ ਤੱਕ ਉਰੇ ਪਹੁੰਚਿਆ ਨਹੀਂ, ਦੇਖਣ ਲਈ ਵਾਰਦਾਤ ਨਹੀਂ। ਠੀਕ ਹੈ।